ਕੁੱਤਿਆਂ ਨੂੰ ਲਾਡ ਪਿਆਰ ਕਰਨ ਵਾਲੇ ਸਾਵਧਾਨ ਰਹਿਣ। ਕੁੱਤਿਆਂ ਦੇ ਮਲਮੂਤਰ ਵਿੱਚ ਹਾਈਡ੍ਰੇਟਿਡ ਸਿਸਟ ਜੀਵਾਣੂ ਹੁੰਦੇ ਹਨ ਜਿਹੜੇ ਇਨਸਾਨ ਨੂੰ ਆਸਾਨੀ ਨਾਲ ਆਪਣਾ ਸ਼ਿਕਾਰ ਬਣਾ ਸਕਦੇ ਹਨ। ਅਜਿਹਾ ਹੀ ਮਾਮਲਾ ਕਾਦੀਆਂ ਇਲਾਕੇ ਦੇ ਪਿੰਡ ਸਲਾਹਪੁਰ ਨਿਵਾਸੀ ਰਾਜਵਿੰਦਰ ਕੌਰ ਨਾਲ ਵਾਪਰਿਆ, ਜਿਸ ਨੂੰ ਹਾਈਡ੍ਰੇਟਿਡ ਸਿਸਟ ਬਿਮਾਰੀ ਨੇ ਅੰਦਰੋਂ ਖੋਖਲਾ ਕਰ ਦਿੱਤਾ ਸੀ। ਦੇਖੋ ਇਹ ਰਿਪੋਰਟ। ਡਾਕਟਰ ਪ੍ਰਵੀਨ ਦੇਵਗਲਮ ਅਲਟੈਕ ਲੇਜ਼ਰ ਹੋਸਪਿਟਲ ਤੋਂ ਐਰਜੀ ਟਰਨੀ ਹੋ ਗਈ ਸੀ। ਸਾਡੇ ਕੋਲ ਪਿਛਲੇ ਟਾਈਮ ਇੱਕ ਪੇਸ਼ੈਂਟ ਰਜਿੰਦਰ ਕੌਰ ਗੁਰਦਾਸਪੁਰ ਤੋਂ ਆਏ ਸੀ ਅਤੇ ਇਹਨਾਂ ਦਾ ਅਸੀਂ ਇੱਕ ਬੜਾ ਡਿਫੀਕਲਟ ਅਤੇ ਕੰਪਲੀਕੇਟਡ ਓਪਰੇਸ਼ਨ ਕੀਤਾ। ਪੇਟ ਦੇ ਵਿੱਚ ਹਾਈਡ੍ਰੇਟਿਡ ਸਿਸਟ ਨਾਮ ਦੀਆਂ 5 ਰਸੌਲੀਆਂ ਵੱਡੀਆਂ ਵੱਡੀਆਂ ਕੱਢੀਆਂ ਨੇ, ਜਿਹੜੀਆਂ ਕਿ ਬੜੀ ਡਿਫੀਕਲਟ ਅਤੇ ਡੇਂਜਰਸ ਜਗ੍ਹਾ 'ਤੇ ਅਲੱਗ ਅਲੱਗ ਜਗ੍ਹਾ 'ਤੇ ਲੱਗੀਆਂ ਸੀ। ਓਪਰੇਸ਼ਨ ਬਿਲਕੁਲ ਠੀਕ ਠਾਕ ਹੋਇਆ, ਪਰ ਆਮ ਅਸੀਂ ਜਨਤਾ ਨੂੰ ਇਹੀ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਇਹ ਜਿਹੜੀ ਹਾਈਡ੍ਰੇਟਿਡ ਸਿਸਟ ਨਾਮ ਦੀ ਬਿਮਾਰੀ ਹੈ, ਰਸੌਲੀਆਂ ਹੁੰਦੀਆਂ ਨੇ, ਇਹ ਡੋਗ ਤੋਂ ਜਿਹੜੇ ਡੋਗ ਦੇ ਪੇਟ ਦੇ ਵਿੱਚ ਕੀੜੇ ਹੁੰਦੇ ਨੇ ਮਲੱਪ, ਉਹਦੇ ਤੋਂ ਹੁੰਦੀ ਹੈ ਬੰਦੇ ਨੂੰ। ਅਤੇ ਇਨਸਾਨ ਨੂੰ ਅਤੇ ਜਾਂ ਉਹਨਾਂ ਦੇ ਬੱਚਿਆਂ ਨੂੰ ਇਹ ਧਿਆਨ ਰੱਖਣਾ ਚਾਹੀਦਾ ਕਿ ਜਦੋਂ ਵੀ ਡੋਗ ਨਾਲ ਡੀਲ ਕਰਨਾ, ਉਹਦੇ ਨਾਲ ਖੇਡਣਾ, ਉਸ ਤੋਂ ਬਾਅਦ ਚੰਗੀ ਤਰ੍ਹਾਂ ਹੈਂਡ ਵਾਸ਼ ਕਰਕੇ ਫਿਰ ਖਾਣਾ ਖਾਣਾ ਚਾਹੀਦਾ। ਨਹੀਂ ਤਾਂ ਜੇਕਰ ਉਹ ਇਨਫੈਕਸ਼ਨ ਡੋਗ ਤੋਂ ਬੰਦੇ ਨੂੰ ਹੋ ਜਾਏ ਤਾਂ ਫਿਰ ਉਹਦੇ ਲੰਗਸ, ਲਿਵਰ ਕਿਤੇ ਵੀ ਜਾ ਸਕਦੀ ਹੈ ਔਰ ਹਾਈਡ੍ਰੇਟਿਡ ਸਿਸਟ ਨਾਮ ਦੀ ਬਿਮਾਰੀ ਬਣ ਸਕਦੀ।